ਮੁਸਲਮਾਨ ਸਰਕਾਰ ਮੁਰਦਾਬਾਦ 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 ਪ੍ਰਦੂਸ਼ਣ ਕੰਟਰੋਲ ਬੋਰਡ ਮੁਰਦਾਬਾਦ 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 ਭਗਵੰਤ ਮਾਨ ਸਰਕਾਰ ਦਾ ਰਵੇ ਕੱਖ ਨਾ ਪ੍ਰਦੂਸ਼ਣ ਕੰਟਰੋਲ ਬੋਰਡ ਮੁਰਦਾਬਾਦ ਮੁਰਦਾਬਾਦ साडा डीसी दफ्तर ते इदों का टोल प्लाजियां ते मोर्चा लगातार चल रहा है। डीसी दफ्तर के 47 दिन हो गए ते टोल प्लाजियां ते मैनूं लगदा 27 दिन आपां नूं लगभग हो चुके हैं। कड़ाके की ठंड में किसानां मजदूरां दीआं मंगां नूं लैके भी किसानां नूं फसलां दे चंगे भाव मिलन, किसान मजदूर का कर्जा माफ़ होवे, नशाबंदी पंजाब 'च होवे, बेरोजगारी का खात्मा होवे, पानी गंदा जड़ा वो जमीना हेठ दरियावां 'च ना पाया जाए, मजदूरों नूं सारा साल रुजगार मिले, मुद्दे सीगे साडे जिहड़े चुके खड़े आ। इहदे विच बहुत सारे असी फैसले कन्ना 'च इह फैसला सीगा वी 11 जनवरी नूं अज दे दिन असी पूरे पंजाब दे विच जिहड़े पोल्यूशन कंट्रोल बोर्ड दे दफ्तर उहनां दा घराओ करांगे। तो अज 14 थावां ते साडा जिहड़ा वा उह धरना ते घराओ ते मंग पत्र देण दा सिलसिला जारी आ। देखो पूरे पंजाब दा देश दा इह बहुत वड्डा मुद्दा हैगा वा कि जे जिंदगी चाहीदी आ ते तुहानूं हवा शुद्ध चाहीदी आ, जे तुहानूं जीवन चाहीदा ते पानी चंगा चाहीदा। पर हुण असीं देख रहे हां वी जिहड़ा एक्ट आ पोल्यूशन बोर्ड दा, उह एक्ट दीआं इस किस्म दीआं मद्दां वा वी तुसीं सिद्धे अदालतां विच जा ही नहीं सकदे हैगे। जे कुछ शिकायत तुसीं करनी है तो प्रदूषण रोकथाम बोर्ड नूं करोगे। जे ये तुहानूं इनसाफ नहीं दिंदे तुसीं नैशनल ग्रीन ट्रिब्यूनल चले जाओगे, दिल्ली औखा होगा जान। तो नैशनल ग्रीन ट्रिब्यूनल को कोई भी यहोजी अथॉरिटी है नहीं हैगी भी सीधी जाँच करो, फिर थोनू तुहाडे प्रदूषण रोकथाम बोर्ड नूं ही लिखूगा। जां आजाद जिहड़े अदारे हैगे ने एजुकेशन दे उह कर सकदे, जिदा नैशनल इनवैसटीगेशन टैक्नोलॉजी जलंधर हैगा, आई टी आई रोपड़ हैगी, आई टी आई दिल्ली हैगी, इस किस्म के अदारे आ। जां गुरु नानक देव यूनिवर्सिटी जिहड़ा वातावरण नाल संबंधित तुहाडा अदारा वा उह कर सकदा इनवैसटीगेशन, पर वो जड़े जड़े ये अदारे ने इन्हों को जाँच ग्रीन नैशनल ट्रिब्यूनल ये भी नहीं करवाता, तो ये भी नहीं करवाते है, ठीक है। तो दूसरा ये सारे सरकारी अदारे आ, जे सरकार की नीयत माड़ी होगी तो यह निरपक्ष जाँच करने वाली योग्यता नहीं रखते है। जिहड़ा इंडस्ट्री के केमिकल वाला गंदा पानी निकलता वा
ਉਹ ਥੱਲੇ ਪਾਏ ਦਰਿਆਵਾਂ 'ਚ, ਉਹਦੇ ਲਈ ਇੱਕ ਈ ਟੀ ਪੀ ਹੁੰਦੀ ਆ ਅਤੇ ਇੱਕ ਐੱਸ ਟੀ ਪੀ ਹੁੰਦੀ ਆ। ਇਹ ਮਤਲਬ ਜਿਵੇਂ ਸੀਵਰੇਜ ਟ੍ਰੀਟਮੈਂਟ ਪਲਾਂਟ ਆ, ਟ੍ਰੀਟਮੈਂਟ ਪਾਣੀ ਨੂੰ ਕਰਕੇ ਜਿਹੜਾ ਸ਼ੁੱਧ ਪਾਣੀ ਬਣਾ ਕੇ ਵਰਤੋਂ 'ਚ ਲਿਆਉਣ ਲਈ ਇਹ ਹੁੰਦੀਆਂ ਵਾ, ਪਰ ਇਹ ਕਿਤੇ ਵੀ ਫੈਕਟਰੀਆਂ 'ਚ ਲੱਗੀਆਂ ਹੀ ਨਹੀਂ ਹੈਗੀਆਂ। ਜੇ ਕਿਤੇ ਕਿਤੇ ਇੱਕ 'ਚ 100 'ਚ ਹੈਗੀ ਆ ਤਾਂ ਉਹ ਚੱਲ ਨਹੀਂ ਰਹੀ ਹੈਗੀ, ਉਹ ਬੰਦ ਕੀਤੀ ਹੋਈ ਆ। ਅਤੇ ਇਹਦੋਂ ਗਾਂ ਬਾਇਰੋਮੀਟਰ ਹੁੰਦੇ ਆ ਜਿਹੜੇ ਹਵਾ ਦੇ ਵਿੱਚ ਪ੍ਰਦੂਸ਼ਣ ਕਰਦੀਆਂ ਫੈਕਟਰੀਆਂ, ਉਹਦਾ ਉਹਦੀ ਜਾਂਚ ਕਰਨੀ ਹੁੰਦੀ ਵੀ ਕਿੰਨੇ ਜਿਹੜੀ ਘਾਤਕ ਗੈਸਾਂ ਕੱਢ ਰਿਹਾ, ਤਾਂ ਉਹਨੂੰ ਇਹ ਜਿਹੜੇ ਆ ਔਨਲਾਈਨ ਮੋਨੀਟਰਿੰਗ ਕਰ ਸਕਦੇ, ਰੋਜ਼ ਦੇ ਰੋਜ਼ ਉਹਦਾ ਡੇਟਾ ਲਿਆ ਜਾ ਸਕਦਾ। 3 ਮਹੀਨਿਆਂ ਬਾਅਦ ਹਰ ਇੱਕ ਫੈਕਟਰੀ ਦੀ ਜਾਂਚ ਹੋਣੀ ਹੁੰਦੀ ਜਿਹੜਾ ਐਕਟ ਕਹਿੰਦਾ, ਅਤੇ ਇਹ ਕਾਗਜ਼ਾਂ 'ਚ ਹੁੰਦੀ ਆ, ਮਤਲਬ ਉਵੇਂ ਹੁੰਦੀ ਨਹੀਂ ਹੈਗੀ। ਜਿੱਥੇ ਅਸੀਂ ਬੈਠੇ ਹਾਂ ਇਸ ਵੇਲੇ, ਇਹਦੇ ਲਾਗੇ ਅੰਬਰ ਕਲਰ ਆ, ਜਦੋਂ ਇੱਥੋਂ ਗੈਸ ਲੀਕ ਹੋਈ ਸੀ ਉਸ ਵੇਲੇ ਬਹੁਤ ਵੱਡੇ ਧਰਨੇ ਮੁਜ਼ਾਹਰੇ ਹੋਏ ਸੀ, ਕੁਛ ਜਾਨੀ ਨੁਕਸਾਨ ਵੀ ਹੋਏ ਹੈਗੇ, ਅਤੇ ਇਹਦੇ 'ਤੇ ਇਹਨੂੰ ਬੰਦ ਕਰਨ ਦੇ ਹੁਕਮ ਆਏ ਹੋਏਗੇ। ਤਾਂ ਉਹਨਾਂ ਨੇ ਇਹ ਜਿਵੇਂ ਪਤਾ ਬੰਦ ਕਿਵੇਂ ਕਰਦੇ ਆ, ਪ੍ਰਦੂਸ਼ਣ ਰੋਕਥਾਮ ਬੋਰਡ ਦੇ ਜਾ ਕੇ ਉਹਨਾਂ ਦਾ ਮੀਟਰ ਕੱਟ ਦਿੰਦੇ ਕਾਗਜ਼ਾਂ 'ਚ, ਉਹ 1 ਮੀਟਰ ਬੰਦ ਕਾਗਜ਼ਾਂ 'ਚੋਂ ਫੈਕਟਰੀ ਬੰਦ ਹੋਈ, ਦੂਜੇ ਬੰਦੇ ਨਾਲ ਮੀਟਰ ਅਪਲਾਈ ਕਰਕੇ ਫਿਰ ਅੰਦਰ ਖਾਤੇ ਚਲਾ ਲੈਂਦੇ ਹੈਗੇ ਆ। ਅਤੇ ਜਿਹੜੀਆਂ ਕੱਪੜਾ ਰੰਗਣ ਵਾਲੀਆਂ ਜਾਂ ਜੀਰੇ ਵਰਗੀਆਂ ਫੈਕਟਰੀਆਂ, ਇਹਨਾਂ 'ਚ ਇਹੋ ਜਿਹੇ ਘਾਤਕ ਐਸਿਡ ਆ ਜਿਵੇਂ ਔਰਥੋਕੋਲੋਡੀਨ, ਮੋਨੋਕਲੋਰੋ ਬੀਜੀਨ, ਸੋਡੀਅਮ ਹਾਈਡਰੋ ਸਲਫਲੀਟ, ਇਹਦੋਂ ਕਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਖੋਜ ਕਹਿੰਦੀ ਆ, ਟੈਨੋਟੋਕਸਿਲ, ਟ੍ਰੈਨੋਜੈਨਿਕ, ਕਾਰਸੀਓਜੈਨਿਕ, ਇਹ ਇਹ ਜਿਹੜੇ ਆ ਇਹਨਾਂ ਵਿੱਚੋਂ ਬਹੁਤ ਸਾਰੇ ਐਸਿਡ ਜਿਹੜੇ ਆ ਬੰਦੇ ਦਾ DNA ਬਦਲ ਦਿੰਦੇ ਹੈਗੇ, ਜਿਹੜਾ ਬਲੈਡਰ ਦੀ ਕੈਂਸਰ ਬੰਦੇ ਨੂੰ ਹੋ ਸਕਦੀ ਹੈ, ਅਤੇ ਬਹੁਤ ਘਾਤਕ ਨੇ ਇਹ ਜਿੱਥੇ। ਇਸ ਕਰਕੇ ਅਸੀਂ ਪੂਰੇ ਪੰਜਾਬ ਦੇ ਵਿੱਚ ਇਹਨਾਂ ਖਿਲਾਫ ਮੋਰਚਾ ਖੋਲ੍ਹਿਆ ਹੈ। ਕਿਸਾਨਾਂ ਮਜ਼ਦੂਰਾਂ ਦਾ ਨਹੀਂ ਮੁੱਦਾ, ਪੂਰੇ ਪੰਜਾਬ ਦਾ ਮੁੱਦਾ ਹੈਗਾ, ਪੰਜਾਬੀਆਂ ਦਾ ਮੁੱਦਾ ਹੈਗਾ। ਹੁਣ ਅੰਮ੍ਰਿਤਸਰ ਵਾਸੀਆਂ ਨੂੰ ਖਾਸ ਕਰਕੇ ਬੇਨਤੀ ਵੀ, ਨਗਰ ਨਿਗਮ ਦੀਆਂ ਚੋਣਾਂ ਆ ਰਹੀਆਂ, ਇਹ ਜਾਣਗੇ ਤੁਹਾਡੇ ਕੋਲ, ਤੁਸੀਂ ਜਿਹੜੇ ਬੰਦੇ ਤੁਹਾਡੇ ਕੋਲ ਵੋਟਾਂ ਲੈਣ ਜਾਂਦੇ ਉਹਨੂੰ ਪੁੱਛਿਓ ਵੀ ਸਾਡਾ ਵਾਤਾਵਰਨ, ਸਾਡਾ ਪਾਣੀ, ਇਹ ਕੀ ਤੁਸੀਂ ਕਰ ਰਹੇ ਜੋ ਹੈਗੇ। ਤਾਂ ਇਹ ਮੰਗਾਂ ਮੁੱਦੇ ਚੁੱਕਣੇ ਚਾਹੀਦੇ ਆ, ਅਤੇ ਇਹਦੇ 'ਤੇ ਅਸੀਂ ਹਾਂ ਵੀ ਲਗਾਤਾਰ ਆਵਾਜ਼ ਵੀ ਚੱਕਾਂਗੇ। ਇਹ ਬੰਦ ਕਰਾਇਆ ਜਾਊਗਾ, ਕਾਰਪੋਰੇਟ ਘਰਾਣੇ ਜਿਹੜੇ ਆ ਉਹ ਪੰਜਾਬ ਨੂੰ ਪਾਣੀਆਂ ਦੇ ਹਵਾ ਗੰਦੀ ਕਰਕੇ ਅਜਾੜੇ ਵਾਲੇ ਪਾਸੇ ਅਸੀਂ ਨਹੀਂ ਜਾਣ ਦਾਂਗੇ। ਅਤੇ ਵੱਧ ਤੋਂ ਵੱਧ ਵਾਤਾਵਰਨ ਪ੍ਰੇਮੀ ਸਾਰੇ ਭਾਈਚਾਰਿਆਂ ਦਾ, ਮੀਡੀਆ ਦਾ ਸਹਿਯੋਗ ਮੰਗਦੇ ਹਾਂ ਵੀ ਵੱਧ ਤੋਂ ਵੱਧ ਸਾਡਾ ਸਹਿਯੋਗ ਦੇ ਕੇ ਲੋਕਾਂ ਤੱਕ ਇਹ ਮਹੱਤਵਪੂਰਨ ਮੁੱਦੇ ਨੂੰ ਪਹੁੰਚਾਇਆ ਜਾ ਸਕੇ। ਮੈਂ ਗੁਰਭਜਨ ਸਿੰਘ ਚੱਬਾ ਜੀ, ਅੱਜ ਅਸੀਂ ਪ੍ਰਦੂਸ਼ਣ ਕੰਟਰੋਲ ਬੋਰਡ ਅੰਮ੍ਰਿਤਸਰ ਦੇ ਦਫ਼ਤਰ ਦੇ ਮੂਹਰੇ ਹਾਂ, ਜਿਹੜਾ ਕਿ ਪੂਰੇ ਪੰਜਾਬ ਦੇ ਵਿੱਚ ਅਸੀਂ ਅੱਜ ਇਹਨਾਂ ਦੇ ਖਿਲਾਫ਼ ਜਿਹੜਾ ਵਾ ਮੋਰਚਾ ਖੋਲ੍ਹਿਆ ਵਾ, ਕਿਉਂਕਿ ਪੋਲਿਊਸ਼ਨ ਕੰਟਰੋਲ ਬੋਰਡ ਦਾ ਹੀ ਕੰਮ ਹੁੰਦਾ ਜਿਹੜੇ ਕਿ ਵਾਤਾਵਰਨ ਦੇ ਸੰਬੰਧੀ ਜਿਹੜਾ ਇਹਨਾਂ ਇਹ ਸਾਰੀ ਜਿਹੜੀ ਆ ਉਹ ਕਾਰਵਾਈ ਕਰਨੀ ਹੁੰਦੀ ਆ, ਪਰ ਜੋ ਫੈਕਟਰੀਆਂ ਜਿਹੜੀਆਂ ਖੁੱਲ੍ਹਦੀਆਂ ਉਹਨਾਂ ਨੂੰ ਜਿਹੜੀ ਆ ਉਹ ਸਿੱਧੇ ਤਰੀਕੇ ਨਾਲ ਜਿਹੜੀ ਚਲਾਉਣ ਦੀ ਜਿਹੜੀ ਆ ਅਨੁਮਤੀ ਦੇ ਦਿੰਦੇ ਆ, ਲੇਕਿਨ ਉਹ ਪੂਰੀ ਤਰ੍ਹਾਂ ਟ੍ਰੀਟਮੈਂਟ ਪਲਾਂਟ ਉਹਨਾਂ ਦੇ ਲੱਗੇ ਨਹੀਂ ਹੁੰਦੇ। ਜਿੰਨੀਆਂ ਫੈਕਟਰੀਆਂ ਵਾ ਉਹ ਘਾਤਕ ਰਸਾਇਣ ਜਿਹੜੇ ਉਹ ਪੈਦਾ ਕਰ ਰਹੀਆਂ ਨੇ, ਗੈਸਾਂ ਪੈਦਾ ਕਰ ਰਹੀਆਂ ਨੇ, ਔਰ ਜਿਹੜਾ ਪਲਿਊਟਡ ਪਾਣੀ ਆ ਗੰਦਾ ਉਹਨਾਂ ਨੂੰ ਬੋਰਿੰਗ ਰਾਹੀਂ ਜਿਹੜਾ ਵਾ ਧਰਤੀ ਹੇਠਾਂ ਜਿਹੜਾ ਵਾ ਉਹ ਭੇਜਿਆ ਜਾ ਰਿਹਾ, ਜਿਹਦੇ ਨਾਲ ਸਾਡਾ ਪੀਣ ਵਾਲਾ ਪਾਣੀ, ਵਾਤਾਵਰਨ ਜਿਹੜਾ ਖਰਾਬ ਹੋ ਰਿਹਾ, ਇਹੋ ਜਿਹੀਆਂ ਗੈਸਾਂ ਇਹਨਾਂ ਦੇ ਵਿੱਚੋਂ ਜਿਹੜੇ ਰਸਾਇਣ ਨਿਕਲੇ ਜਿਨ੍ਹਾਂ ਦੇ ਨਾਲ ਸਾਡਾ DNA ਜਿਹੜਾ ਵਾ ਉਹ ਵੀ ਬਦਲਿਆ ਜਾਂਦਾ, ਅਤੇ ਪੋਲਿਊਸ਼ਨ ਬੋਰਡ ਜਿਹੜਾ ਵਾ ਬਿਲਕੁਲੋਂ ਅਵੇਸਲਾਪਣ ਕਰਕੇ ਅਤੇ ਆਪਣੇ ਜਿਹੜਾ ਵਾ ਗੂੜੀ ਨਹੀਂ ਸੁੱਤਾ ਵਾ। ਜੇ ਅੰਮ੍ਰਿਤਸਰ ਦੇ ਦੁਆਲੇ ਬਰਸਾਤੀ ਡਰੇਨ ਲਾਈਏ, ਤੁੰਗ ਵਾਲੀ ਬਰਸਾਤੀ ਡਰੇਨ ਆ, ਆ ਝਬਾਲ ਡਰੇਨ ਚੱਬੇ ਦੇ ਕੋਲੋਂ ਦੀ ਲੰਘਦੀ ਆ, ਜੇ ਇਹਨਾਂ ਦੇ ਵਿੱਚ ਵੇਖੀਏ ਤਾਂ ਬਹੁਤ ਘਾਤਕ ਜਿਹੜਾ ਵਾ ਗੰਦਾ ਪਾਣੀ ਪੈ ਰਿਹਾ, ਜਿਹਦੇ ਨਾਲ ਲਾਗਲੇ ਪਿੰਡਾਂ ਦਾ ਜਿਹੜਾ ਵਾ ਉਹ ਜਿਉਣਾ ਜਿਹੜਾ ਦੁੱਬਰ ਹੋ ਰਿਹਾ, ਔਰ ਪੂਰੇ ਇਲਾਕੇ ਦਾ ਧਰਤੀ ਹੇਠਲਾ ਪਾਣੀ ਜਿਹੜਾ ਵਾ ਇਹ ਪੀਣ ਯੋਗ ਨਹੀਂ ਰਿਹਾ। ਇਹ ਅੱਜ ਫੋਕਲ ਪੁਆਇੰਟ ਅੰਮ੍ਰਿਤਸਰ ਦੇ ਵਿੱਚ ਇਹਦੇ ਦੁਆਲੇ ਦੁਆਲੇ ਵੀ ਫੈਕਟਰੀਆਂ, ਇੱਕ ਅਮਰ ਜਿਹੜੀ ਆ ਉਹ ਕਲਰ ਫੈਕਟਰੀ ਆ, ਉਹਦਾ ਵੀ ਪਿਛਲੇ ਸਮੇਂ ਦੇ ਵਿੱਚ ਗੈਸ ਲੀਕ ਹੋਈ ਅਤੇ ਬਹੁਤ ਜਿਹੜੀਆਂ ਵਾ ਉਹਦਾ ਭਿਆਨਕ ਸਿੱਟੇ ਜਿਹੜੇ ਨਿਕਲੇ ਸੀ, ਅਤੇ ਉਹ ਹੁਣ ਵੀ ਜਿਹੜਾ ਵਾ ਵੇਖ ਸਕਦੇ ਹਾਂ ਇਹਦੇ ਨੱਕ ਦੇ ਹੇਠ ਜਿਹੜਾ ਵਾ ਬਾਹਰ ਜਿਹੜਾ ਅਸੀਂ ਵੇਖਿਆ ਗੰਦਾ ਪਾਣੀ ਜਿਹੜਾ ਖੜਾ ਵਾ, ਜੋ ਆਪਣੇ ਕੋਲੋਂ ਨਹੀਂ ਸੁਧਾਰ ਕਰ ਸਕਦਾ ਤਾਂ ਇਲਾਕੇ ਦਾ ਕਿਵੇਂ ਸੁਧਾਰ ਕਰੂਗਾ। ਇਹ ਪੋਲਿਊਸ਼ਨ ਬੋਰਡ ਦਾ ਜਿਹੜਾ ਬਹੁਤ ਵੱਡਾ ਜਿਹੜਾ ਵਾ ਇਹਨਾਂ ਦੀ ਜ਼ਿੰਮੇਵਾਰੀ ਉੱਪਰ, ਆਪਣੀ ਜ਼ਿੰਮੇਵਾਰੀ ਤੋਂ ਭੱਜ ਕੇ ਅਤੇ ਬਿਲਕੁਲ ਆਪਣਾ ਲੋਕਾਂ ਦੀ ਆਵਾਜ਼ ਉਠਾਉਣ ਦੀ ਬਜਾਏ ਅਤੇ ਫੈਕਟਰੀਆਂ ਨੂੰ ਚਲਾਉਣ ਦੀ ਸਿੱਧੀ ਅਨੁਮਤੀ ਦੇ ਕੇ ਅਤੇ ਆਮ ਲੋਕਾਂ ਦੇ ਨਾਲ ਜਿਹੜਾ ਵਾ ਇਹ ਬਹੁਤ ਜ਼ਿਆਦਾ ਧੱਕੇਸ਼ਾਹੀ ਕੀਤੀ ਜਾ ਰਹੀ। DC ਦਫ਼ਤਰਾਂ ਦੇ ਉੱਤੇ ਮੋਰਚਾ ਸ਼ੁਰੂ ਹੋਇਆ ਸੀ, ਇਹ ਮੋਰਚਾ 26 ਤਰੀਕ ਤੋਂ ਸ਼ੁਰੂ ਹੋ ਕੇ ਜਿਵੇਂ ਇਹਨੇ ਪੰਜਾਬ ਦੇ ਵਿੱਚ ਆਪਣੇ ਅੰਦੋਲਨ ਨੇ ਪੈਰ ਪਸਾਰੇ ਆ, ਅਤੇ ਇਹ ਆਪਣਾ ਜਿਹੜਾ ਮੋਰਚਾ ਵਾ ਟੋਲ ਪਲਾਜ਼ੇ ਫ੍ਰੀ ਕਰਨ ਵਾਲੇ ਪਾਸੇ ਨੂੰ ਵੀ ਵਧਿਆ। ਸਾਡੇ ਨਾਲ ਭਰਾਤਰੀ ਜਥੇਬੰਦੀਆਂ ਉਹ ਸਾਡੇ ਇਸ ਅੰਦੋਲਨ ਨੂੰ ਹਮਾਇਤ ਕਰਨ ਵਾਸਤੇ ਇਸ ਅੰਦੋਲਨ ਦੇ ਵਿੱਚ ਕੁੱਦੀਆਂ ਵਾਂ, ਕਿਉਂਕਿ
जीरे दे विच जिवें लोग 6 महीनों तो इंडस्ट्री के खिलाफ लड़ रहे आ ते साड़ी भगवंत मान सरकार हाई कोर्ट की आड़ हेठ शराब फैक्टरी चलाउण वास्ते बजेदे आ, लोग बजेदे आ कि यह शराब फैक्टरी ने बहुत वड्डा साडे वातावरण का ते धरती हेठले पानी का नुकसान किया, इस करके ये जड़ी फैक्टरी आ बंद होनी चाहिए आ, क्योंकि इन्हां फैक्टरिया दे विच इन्ना जड़ा जहरीला कैमिकल वरत्या जांदा, इन्नियां जहरीलियां गैसा पैदा होंदियां जो मनुखता वास्ते इन्नियां खतरनाक आ कि वो असी तुहाडे नाल इत्थों स्टेज तो साडे बुलारे गल करनगे कि वो जिहड़ियां गैसा पैदा हो रही उन्हां दे नाल साडे मनुखता का की नुकसान हो रहा। तुसीं पिछले समय दे विच वेख्या कि किवें उत्थे जीरे दे विच किन्ने लोकां दे जिहड़े पशु मरे आ, वो पशु मरन का कारण कोई कुदरती आफत नहीं सी, वो जीरे शराब फैक्टरी सी। इस तरीके दे नाल भराओ पंजाब दे विच आ हमीरा शराब फैक्टरी आ, बुटर खंड मिलिया एक नहीं, इस तरीके दियां हजारां फैक्टरियां छोटियां ते वड्डियां आ जिहड़े जदों असीं इस दफ्तर दे विच बैठे हाँ इहदे आले दुआले भी इन्नियां फैक्टरियां वा, वो कहिंदे भी जदों इत्थे वो फैक्टरियां चलदियां ते उहनां दे विच भी जहरीले कैमिकल वरते जांदे आ ते उहनां दा पाणी जिहड़ा वा वह भी धरती दे थल्ले बोर करके पाया जा रहा। इस एरिए दे विच पोल्यूशन कंट्रोल बोर्ड का दफ्तर आ, पर नक दे थल्ले सब कुछ होई जांदा, अंदर बैठे अधिकारियों नूं कोई सानू जिवें इत्थे लोकल इलाका निवासियों ने दस्या कि कहिंदे इत्थे जदों कोई दिन दिहार आउंदे आ ते उह दिन दिहारां दे उत्ते इन्ने जिहड़े आ बर्फी दे मिठे पकवानां दे जिहड़े डब्बे आउंदे आ ते उहनां डब्बियां दे विच सारा पोल्यूशन जिहड़ा कंट्रोल उह बंद हो जांदा, नाल जिहड़े माया दियां उह थैलियां भेट हो जांदियां, इह जिन्ना पोल्यूशन आ वह माया दियां थैलियां दे विच बंद हो जांदा। भराओ कदी कोई आ महकमे दे विचों निकल के अधिकारियों ने बाहर गल नहीं की, लोग इदां दस रहे आ को विद प्रूफ दस रहे आ कि इत्थे इन्नियां जहरीलियां गैसा पैदा होंदियां कि जिहड़ियां गर्भवती औरतां वा उहनां दा भी जिहड़ा बहुत वड्डे नुकसान हुंदे आ, होर साडे वातावरण का नुकसान हुंदा, साडे जिहड़े आ पशु धन का नुकसान हुंदा, साडे पाणियां का नुकसान हुंदा। इस करके भराओ अज असीं पंजाब दे 14 पोल्यूशन कंट्रोल बोर्ड दफ्तर घेरे आ, जदों आए आ इत्थे ते इन्हां ने जिन्हां ने इस चीज़ का ख्याल रखना सी उन्हां दे दफ्तर दे बाहरले पासे वेख्या सीवरेज का पानी वो सड़क दे नाल किनारे ते खलोता, जदों उन्हां दे गेट दे सामने ये हालात आ ते फिर गाहां इदो गाहां झाकण दी की आस बणदी आ भी वह पूरे देश दे विच की बन रहा होगा, क्योंकि वह गेट दे आपणे दे उत्ते कोई साफ सफाई का आ बोर्ड लगा आ, बोर्ड दे उत्ते लिखिया कि जिहड़ा वा मार्केट दे विच अपने जिहड़े आ प्लास्टिक दे लिफाफे जिहड़े ना वरते जाण, कपड़े तो ते कागज तो बने जिहड़े लिफाफियां दी वरतों कीती जावे, कि यह बोर्ड ला के जिहड़ा काम तमाम हो जांदा कि जां इहदे उत्ते अपना कोई आपां एक्शन करके जे मार्केट दे विच प्लास्टिक दे लिफाफे विकदे आ ते वरतों किने करनी आ, चाइना डोर विकदी आ कि अखबारां दे विच बयान दे के कि आ जिहड़ी चाइना दी डोर आ इह जिहड़ी आ मतलब कि नहीं विकनी चाहीदी, कि जदों दुकानां दे उत्ते कोई चीज़ पई होवे ते उहनूं किसे भी तरीके नाल रोकिया नहीं जा सकदा, जे चाइना तो मंगवाई जा रही आ ते फिर वह मार्केट दे विच विकनी आ। असल दे विच कारण इह आ भाई वह देशां दे नाल सरकारां व्यापार करदियां ते लोकां दे उत्ते शिकंजा कसदियां कि जिहड़ा वा चाइना दी डोर ना वरती जावे, लिफाफे ना वरते जाण, एक पासे वह लिफाफे बनाउण वालियां फैक्टरियां नूं कानूनां दियां धज्जियां डा के वो इंडस्ट्रियां लवाउणियां ते लोकां नूं कहना कि ये जिहड़े आ अपने लिफाफियां दी वरतों ना करो।
भरा जिहड़ी चीज़ मार्केट दे विच आ लोकां ने खरीदनी आ जे साडियां सरकारां सहिरद होण ते इन्हां इंडस्ट्रियां दे उत्ते कंट्रोल कर लैण कोई नियमां दी पालना कर लैण ते अपने आप ही सारा जिहड़ा वातावरण भी साफ हो सकदा जिहड़ी साडी जिम्मेवारी बनदी सी असीं अपनी जिन्नी साडी कंपैसिटी बनदी आ वातावरण साफ करने वास्ते आ देश का किसान बैठा इन्हें अपने को जे किसी को जमीन आने जमीन के उत्ते रुख बूटे जड़े लाए आ साडा फर्ज तो यह बनता जिहड़ा पोल्यूशन कंट्रोल बोर्ड आ वातावरण सुधारन वास्ते साडे देश के बुद्धिजीवी दसदे आ कि वध तो वध रुख लाउण दी जंगल लाउण दी जिहड़ी जरूरत आ ते अज साडी सरकार कर की रही आ तुसी वेख्या जिहड़ा अमृतसर तो पठानकोट नूं अपना जांदा सीगा रोड इहदे उत्ते असीं वेख्या 70-70 80-80 साल दे रुख सीगे जिहड़े साडियां सरकारां ने उहनां दा नामो निशान मिटा दिता ते जदकि इहदे विच कानून दे विच प्रोविजन हैगी आ कि जे 4 रुख वढणे आ ते फिर 8 लाउणे वी आ पर लाया एक नहीं गया आ जिहड़ा अमृतसर ऊना हाईवे बन रहा भराओ ये उत्ते इन्नी इन्नी वड्डी मशीनरी ला के 50-50 साल के शपईदे टालियां जड़ियां पुट के सुटियां इतों जड़ा अपना पैसा कमाया जा रहा पर जड़ा देश के वातावरण सही करने वास्ते कोई भी जड़ा वो उपराला नहीं किया जा रहा सिर्फ तो सिर्फ अखबारी सुरखियां बटोरन तक जे कोई साडा किसान पराली नूं अग लाउंदा वा जिन्हां दा पोल्यूशन 8% आ उहनां दे उत्ते जिहड़ी आ वड्डी कारवाई उहनां दे उत्ते परचे उहनां दे खातियां दे उत्ते जिहड़ियां रैड एंट्रियां लाईआं जांदियां भराओ आ दफ्तर दे विच बैठे अधिकारी आ इहनां दी जबान सड़ जे कि किते कहण वी PAU दे अंकड़े आ वी किसान दा पोल्यूशन 8% आ 51% जिहड़ा पोल्यूशन आ इंडस्ट्री तो हुंदा आवाजाई दे साधना तो हुंदा होर साडियां आ जिहड़ियां घरेलू जरूरतां इहदे तो पोल्यूशन हुंदा पर 8% वाले किसान दे उत्ते सब तो वड्डे दोष लाउणे ते जिन्हां दा 51% पोल्यूशन आ उहनां नूं खुल देणी ए भराओ आ जिहड़े हरी बिल्डिंग दे अंदर बैठे आ इहनां लोकां दी देण आ इहनां लोकां करके आ साडे देश दा जिहड़ा आ हालात बणे आ इहदों गाहां मैं भाई तुहाडे नाल तुहानू इत्थों वख वख बुलारियां दे रूबरू करवाउणा वा अपने कोल अपने जथेबंदी दे जिला सीनियर मीत प्रधान जरमनजीत सिंह जी बंडाला वो आए आ मैं उहनां नूं बेनती करूँगा कि वो 15 मिनट वास्ते जिहड़ा तुहाडे नाल अपने विचार सांझे करनगे। वाहिगुरू जी का खालसा वाहिगुरू जी की फतेह। नाव तां सरकार ने प्रदूषण कंट्रोल बोर्ड रखिया वा पर असल दे विच जो दा काम काज आ तो इं लगदा वा प्रदूषण कंट्रोल बोर्ड नहीं हैगा ये प्रदूषण फैलाओ बोर्ड हैगा वा। जो हुण तक दियां कारगुजारियां ने जिदे तहत जो भी फैक्ट्री लगती आ उन्हां नूं पहलां आला दफ्तर जिते तुसीं धरना ला के बैठे जे इतों NOC लैनी पैंदी आ पर NOC मिलदियां किदां ने सियासी दबाव दे हेठ ते नोटां दियां ढेरियां लगदियां वा ते ये जिहड़ा पोल्यूशन कंट्रोल बोर्ड आ ये चिट्टा हाथी साबित हो रहा वा। सो आ जिहड़ा दफ्तर आ इहदे अफसरां दी मिली भुगत करके जिहड़े भी इंडस्ट्रीज ने कानून नूं शिक्के ते टंग के ते पानी जिहड़ा वा ओ जिहड़ा वा जो कानून हैगे आ
ਉਹਨਾਂ ਨੂੰ ਪਾਸੇ ਰੱਖ ਕੇ ਕਾਨੂੰਨਾਂ ਦੀ ਜਿਹੜੀ ਉਲੰਘਣਾ ਕੀਤੀ ਜਾਂਦੀ ਆ। ਮੰਨ ਲਓ ਕਿ ਜਿਹੜੇ ਆਪਣੇ ਮੀਂਹਾਂ ਦਾ ਪਾਣੀ ਪੈਂਦਾ ਡਰੇਨਾਂ ਨੇ ਉਹਨਾਂ ਦੇ ਵਿੱਚ ਜਿਹੜਾ ਪਾਣੀ ਆ ਫੈਕਟਰੀਆਂ ਦਾ ਗੰਦਾ ਪਾਣੀ ਨਹੀਂ ਪਾਇਆ ਜਾ ਸਕਦਾ, ਪਰ ਕਾਨੂੰਨ ਨੂੰ ਛੱਕੇ ਦੇ ਟੰਗ ਕੇ ਗੰਦਾ ਪਾਣੀ ਨਾਲਿਆਂ ਦੇ ਵਿੱਚ ਪਾਇਆ ਜਾ ਰਿਹਾ ਵਾ, ਉਹਨਾਂ ਡਰੇਨਾਂ ਦੇ ਵਿੱਚ ਪਾਇਆ ਜਾ ਰਿਹਾ ਵਾ। ਜੇ ਅੱਜ ਪਾਣੀ ਆਪਣੇ ਪਾਣੀ ਸਾਡਾ ਗੰਦਾ ਹੋਇਆ ਤੇ ਉਹਦੇ ਵਿੱਚ ਆ ਦਫ਼ਤਰ ਦੇ ਜਿਹੜੇ ਆਲਾ ਅਧਿਕਾਰੀ ਨੇ ਇਹ ਜ਼ਿੰਮੇਵਾਰ ਨੇ, ਕਿਉਂਕਿ ਇਹ ਕਾਰਪੋਰੇਟ ਦੇ ਦਲਾਲ ਦੇ ਤੌਰ ਤੇ ਕੰਮ ਕਰਦੇ ਆ। ਜੋ ਕਾਰਪੋਰੇਟ ਦੇ ਦਲਾਲ ਕਿਸਮ ਦੇ ਲੋਕਾਂ ਦੀਆਂ ਸਿਹਤਾਂ ਦੇ ਨਾਲ ਸਿੱਧਮ ਸਿੱਧਾ ਖਿਲਵਾੜ ਕਰਦੇ ਆ। ਪਾਣੀ ਜਿਹੜਾ ਸਾਡਾ ਅੱਜ ਪੀਣ ਦੇ ਲਾਇਕ ਨਹੀਂ ਰਿਹਾ, ਇਸ ਤੋਂ ਅਗਾਂਹ ਜਿਹੜਾ ਹਵਾ ਵਾ ਉਹ ਵੀ ਜਿਹੜਾ ਵਾ ਸਾਹ ਲੈਣ ਯੋਗ ਨਹੀਂ ਰਹੀ, ਕਿਉਂਕਿ ਪਾਣੀ ਤੋਂ ਬਗੈਰ ਜੀਵਨ ਸੰਭਵ ਨਹੀਂ ਹੈਗਾ। ਪਾਣੀ ਜੀਵਨ ਦਾ ਆਧਾਰ ਆ ਤੇ ਅੱਜ ਪੰਜਾਬ ਦਾ ਪਾਣੀ ਜੋ ਅੰਮ੍ਰਿਤ ਵਰਗਾ ਪਾਣੀ ਸੀ ਕਹਿੰਦੇ ਹੁੰਦੇ ਪੰਜਾਬ ਦਾ ਪਾਣੀ ਤੇ ਦੂਜੇ ਸੂਬਿਆਂ ਦਾ ਦੁੱਧ ਇੱਕ ਬਰਾਬਰ ਆ। ਸਰਕਾਰਾਂ ਦਾ ਪੂਰਾ ਕਰਕੇ ਲੋਕਾਂ ਨੂੰ ਵਾਅਦਾ ਕਰਕੇ।
ਕਮਲਾ ਸਰਕਾਰਾਂ।